ਭਗਤ ਰਵਿਦਾਸ ਜੀ ਦਾ ਮਨਾ ਰਹੇ ਹਾਂ ਆਪਾਂ ਦਿਹਾੜਾ। ਚੰਗੀ ਗੱਲ ਆ, ਮਾੜੀ ਮੈਂ ਤੇ ਕਿੰਤੂ ਨਹੀਂ ਕਰਦਾ, ਪਰ ਜੇ ਕੇਵਲ ਬਾਹਰਲੇ ਫੁੱਲ ਬੂਟੇ ਲਾ ਕੇ, ਲੰਗਰ ਲਾ ਕੇ, ਤਿੰਨ ਦਿਨ ਅਖੰਡ ਪਾਠ ਸਾਹਿਬ ਦੀਆਂ ਰੌਲਾਂ ਲਾ ਕੇ, ਕਥਾ ਕਰਕੇ ਭਗਤ ਰਵਿਦਾਸ ਦੀ ਇੱਕ ਵੀ ਗੱਲ ਨਾ ਮੰਨੀਏ, ਫਿਰ ਕੋਈ ਲਾਭ ਹੋਊ? ਬੋਲੋ। ਭਗਤ ਰਵਿਦਾਸ ਨੇ ਸਮਝਾਇਆ ਕੀ ਆ ਸਾਨੂੰ? ਅਸੀਂ ਤੇ ਭਗਤ ਰਵਿਦਾਸ ਦੀ ਫੋਟੋ ਵੀ ਲਾ ਦਿੱਤੀ ਪੱਗ ਲਾ ਕੇ। ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਮਨਾਉਣ ਵਾਲਿਆਂ ਨੇ ਸਿਰ ਤੋਂ ਪੱਗ ਹੀ ਲਾਤੀ, ਹੱਦ ਹੋ ਗਈ ਬਈ। ਇਹ ਅਸੀਂ ਭਗਤ ਰਵਿਦਾਸ ਜੀ ਦੀ ਇੱਜ਼ਤ ਕਰ ਰਹੇ ਹਾਂ ਜਾਂ ਬਦਨਾਮੀ ਕਰ ਰਹੇ ਹਾਂ? ਅੱਜ ਆਹ ਤੁਸੀਂ ਫੋਨ 'ਤੇ ਸਾਰੇ ਇੱਦਾਂ ਘੁੰਮਣਗੇ, ਵੱਡੇ ਵੱਡੇ ਸਮਾਗਮ ਹੋ ਰਹੇ, ਭਗਤ ਰਵਿਦਾਸ ਜੀ ਦੇ ਸਿਰ 'ਤੇ ਪੱਗ ਹੀ ਹੈ ਨਹੀਂ। ਕੀ ਭਗਤ ਰਵਿਦਾਸ ਜੀ ਸਿਰ ਤੋਂ ਮੋਨੇ ਹੋਣਗੇ? ਬੋਲੋ। ਜਿਹੜੇ ਗੱਲਾਂ ਕਰਦੇ ਆ ਵੀ ਕਾਹਤੋਂ ਲਾਈ, ਕਹਿੰਦੇ ਤੁਸੀਂ ਕੀ ਲੈਣਾ? ਹੱਦ ਹੋ ਗਈ ਬਈ। ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ, ਭਗਤ ਰਵਿਦਾਸ ਜੀ ਦੇ 40 ਸ਼ਬਦ ਹੈ। ਉਸ ਭਗਤ ਰਵਿਦਾਸ ਜੀ ਦੀ ਰੂਹਾਨੀ ਅਜ਼ਮਤ ਨੂੰ, ਜਿਹਨੂੰ ਸਾਰੀ ਦੁਨੀਆ ਮੱਥਾ ਟੇਕਦੀ ਹੈ, ਉਹਦੀ ਤਸਵੀਰ ਕਿੱਦਾਂ ਦੀ ਬਣਾਤੀ? ਹਾਲਾਂਕਿ ਅਸੀਂ ਤਸਵੀਰ ਦੇ ਪੁਜਾਰੀ ਨਹੀਂ, ਅਸੀਂ ਸ਼ਬਦ ਦੇ ਪੁਜਾਰੀ ਹੈ।